ਦਿਮਾਗ ਸਰੀਰ ਦਾ ਸਭ ਤੋਂ ਜ਼ਰੂਰੀ ਅਤੇ ਕਿਰਿਆਸ਼ੀਲ ਅੰਗ ਹੈ, ਪਰ ਇਹ ਇੱਕ ਅਜਿਹੀ ਚੀਜ਼ ਨਾਲ ਜੁੜਿਆ ਹੈ ਜਿਸ ਤੋਂ ਬਗੈਰ ਇਸ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਪਾਣੀ ਦੀ ਕਮੀ ਨਾਲ ਦਿਮਾਗ ਦੀ ਤਾਕਤ ਬਹੁਤ ਜ਼ਿਆਦਾ ਘੱਟ ਜਾਂਦੀ ਹੈ। ਦਿਮਾਗ ਦਾ 80% ਹਿੱਸਾ ਪਾਣੀ ਹੈ। ਦਿਮਾਗ ਉੱਤੇ ਕੀਤੀ ਰਿਸਰਚ ਤੋਂ ਪਤਾ ਲੱਗਿਆ ਹੈ ਪਾਣੀ ਦੀ ਥੋੜ੍ਹੀ ਜਿਹੀ ਕਮੀ ਵੀ ਦਿਮਾਗ ਨੂੰ ਬਹੁਤ ਜ਼ਿਆਦਾ ਕਮਜ਼ੋਰ ਕਰ ਦਿੰਦੀ ਹੈ, ਕਿਉਂਕਿ ਘੱਟ ਪਾਣੀ ਪੀਣ ਨਾਲ ਦਿਮਾਗ ਦੀ ਕੰਸਨਟ੍ਰੇਸ਼ਨ ਪਾਵਰ ਘੱਟ ਜਾਂਦੀ ਹੈ। ਪਾਣੀ ਦੀ ਕਮੀ ਦਿਮਾਗ ਦੇ ਵਿੱਚ ਬ੍ਰੇਨ ਫੌਗ ਵਧਾ ਦਿੰਦੀ ਹੈ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਸਾਡਾ ਦਿਮਾਗ ਜਾਮ ਹੋ ਚੁੱਕਿਆ ਹੋਵੇ। ਬ੍ਰੇਨ ਫੌਗ ਦਿਮਾਗ ਵਿੱਚ ਪਾਣੀ ਦੀ ਕਮੀ ਕਾਰਨ ਬਣਦੀ ਹੈ। ਪਾਣੀ ਸਾਡੇ ਦਿਮਾਗ ਦੇ ਹਾਰਮੋਨਾਂ 'ਤੇ ਇਫੈਕਟ ਕਰਦਾ ਹੈ। ਇਸ ਦੇ ਨਾਲ ਦਿਮਾਗ ਵਿੱਚ ਗੁੱਸਾ, ਚਿੜਚਿੜਾਪਨ, ਐਨਗਜ਼ਾਈਟੀ ਅਤੇ ਸਟ੍ਰੈੱਸ ਆਦਿ ਚੀਜ਼ਾਂ ਪੈਦਾ ਹੁੰਦੀਆਂ ਹਨ। ਇਹਨਾਂ ਚੀਜ਼ਾਂ ਦੇ ਪੈਦਾ ਹੋਣ ਨਾਲ ਸਰੀਰ ਦੇ ਅੰਦਰ ਹਾਰਮੋਨਲ ਅਨਬੈਲੈਂਸ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇ ਸਰੀਰ ਦੇ ਹਾਰਮੋਨਾਂ ਦਾ ਬੈਲੈਂਸ ਠੀਕ ਰਹੇਗਾ ਤਾਂ ਰਿਲੈਕਸ ਹੋ ਕੇ ਸਰੀਰ ਚੰਗੇ ਤਰੀਕੇ ਨਾਲ ਕੰਮ ਕਰ ਸਕਦਾ ਹੈ। ਜ਼ਿਆਦਾਤਰ ਲੋਕ ਭਾਵੇਂ ਇਸ ਗੱਲ ਨਾਲ ਸਹਿਮਤ ਨਾ ਹੋਣ, ਪਰ ਹੁਣ ਇਹ ਗੱਲ ਪ੍ਰੂਫ ਹੋ ਚੁੱਕੀ ਹੈ ਕਿ ਜਿਸਮ ਦੇ ਹਰ ਕੰਮ ਨੂੰ ਠੀਕ ਢੰਗ ਨਾਲ ਚਲਾਉਣ ਲਈ ਪਾਣੀ ਦਾ ਬੁਨਿਆਦੀ ਕਿਰਦਾਰ ਹੁੰਦਾ ਹੈ। ਸਾਹ ਲੈਣ ਤੋਂ ਪਸੀਨਾ ਆਉਣ ਤੱਕ ਪਾਣੀ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਰੋਜ਼ਾਨਾ ਚੰਗੀ ਮਾਤਰਾ ਵਿੱਚ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਜਿਸ ਤਰ੍ਹਾਂ ਪੈਟਰੋਲ ਤੋਂ ਬਿਨਾਂ ਗੱਡੀ ਨਹੀਂ ਚੱਲ ਸਕਦੀ, ਉਸੇ ਤਰ੍ਹਾਂ ਸਾਡਾ ਦਿਮਾਗ ਵੀ ਪਾਣੀ ਤੋਂ ਬਿਨਾਂ ਨਹੀਂ ਚੱਲ ਸਕਦਾ। ਜਦੋਂ ਤੱਕ ਪਾਣੀ ਦਰੁਸਤ ਮਿਕਦਾਰ ਵਿੱਚ ਦਿਮਾਗ ਨੂੰ ਮਿਲਦਾ ਰਹੇ ਤਾਂ ਇਹ ਬਿਲਕੁਲ ਠੀਕ ਤਰੀਕੇ ਨਾਲ ਕੰਮ ਕਰਦਾ ਰਹਿੰਦਾ ਹੈ। ਪਿਆਸ ਲੱਗਣ 'ਤੇ ਇੱਕ ਗਲਾਸ ਪਾਣੀ ਪੀਣ ਨਾਲ ਸਾਡਾ ਦਿਮਾਗ 15% ਤੋਂ ਵੱਧ ਤੇਜ਼ ਹੋ ਜਾਂਦਾ ਹੈ। ਦਿਮਾਗ ਅੰਦਰਲੇ ਨਿਊਰੋਨਸ ਨੂੰ ਹਾਈਡਰੇਸ਼ਨ ਦੀ ਲੋੜ ਹੁੰਦੀ ਹੈ, ਪਰ ਜਦੋਂ ਅਸੀਂ ਘੱਟ ਪਾਣੀ ਪੀਂਦੇ ਹਾਂ ਤਾਂ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ। ਕਈ ਬਜ਼ੁਰਗਾਂ ਨੂੰ ਬੁਢਾਪੇ ਵਿੱਚ ਚੀਜ਼ਾਂ ਭੁੱਲਣ ਦੀ ਬਿਮਾਰੀ ਅਤੇ ਦਿਮਾਗੀ ਸਮਰੱਥਾ ਘਟਣੀ ਸ਼ੁਰੂ ਹੋ ਜਾਂਦੀ ਹੈ। ਉਸ ਦਾ ਮੁੱਖ ਕਾਰਨ ਵੀ ਜਵਾਨੀ ਦੇ ਸਮੇਂ ਪਾਣੀ ਦਾ ਘੱਟ ਪੀਣਾ ਹੀ ਹੁੰਦਾ ਹੈ। ਸਵੇਰੇ ਉੱਠਣ ਸਾਰ ਪਾਣੀ ਪੀਣਾ ਜ਼ਿੰਦਗੀ ਦੀਆਂ ਸਿਹਤਮੰਦ ਆਦਤਾਂ ਵਿੱਚੋਂ ਇੱਕ ਹੈ। ਸਾਰੀ ਰਾਤ ਸਾਡੇ ਸਰੀਰ ਵਿੱਚ ਵਿਸ਼ੈਲੇ ਤੱਤ ਕਿਡਨੀਆਂ ਰਾਹੀਂ ਫਿਲਟਰ ਹੁੰਦੇ ਰਹਿੰਦੇ ਹਨ। ਇਹ ਸਰੀਰ ਵਿੱਚੋਂ ਬਾਹਰ ਉਦੋਂ ਹੀ ਨਿਕਲਦੇ ਹਨ ਜਦੋਂ ਅਸੀਂ ਪੂਰੀ ਮਾਤਰਾ ਵਿੱਚ ਪਾਣੀ ਪੀਏ। ਜੇ ਅਸੀਂ ਘੱਟ ਪਾਣੀ ਪੀਂਦੇ ਹਾਂ ਤਾਂ ਜ਼ਹਿਰੀਲੇ ਤੱਤ ਸਾਡੇ ਸਰੀਰ ਵਿੱਚ ਹੀ ਜੰਮੇ ਰਹਿੰਦੇ ਹਨ ਅਤੇ ਸਰੀਰ ਨੂੰ ਹੋਰ ਤਰ੍ਹਾਂ ਦੇ ਰੋਗ ਪੈਦਾ ਕਰ ਦਿੰਦੇ ਹਨ। ਬ੍ਰੇਨ ਕੈਂਸਰ ਜਾਂ ਬ੍ਰੇਨ ਟਿਊਮਰ ਬਹੁਤ ਖਤਰਨਾਕ ਬਿਮਾਰੀ ਹੈ। ਇਹ ਪਾਣੀ ਦਾ ਘੱਟ ਪੀਤੇ ਜਾਣਾ ਇਸ ਬਿਮਾਰੀ ਦੇ ਮੁੱਢਲੇ ਲੱਛਣਾਂ ਵਿੱਚੋਂ ਇੱਕ ਹੈ। ਸਾਡੇ ਭੋਜਨ ਨੂੰ ਹਜ਼ਮ ਕਰਨ ਲਈ ਸਭ ਤੋਂ ਜ਼ਰੂਰੀ ਚੀਜ਼ ਮੂੰਹ ਦੀ ਲਾਰ ਪਾਣੀ ਪੀਣ ਦੇ ਨਾਲ ਹੀ ਬਣਦੀ ਹੈ। ਘੱਟ ਪਾਣੀ ਪੀਣ ਦੇ ਹਾਲਤਾਂ ਵਿੱਚ ਇਹ ਲਾਰ ਘੱਟ ਬਣਦੀ ਹੈ। ਖਾਧਾ ਪੀਤਾ ਸਾਡਾ ਠੀਕ ਢੰਗ ਨਾਲ ਨਹੀਂ ਪਚਦਾ। ਇਹ ਅਣਪਚਿਆ ਭੋਜਨ ਸਰੀਰ ਵਿੱਚ ਹੀ ਜੰਮ ਜਾਂਦਾ ਹੈ, ਜਿਸ ਨਾਲ ਮੋਟਾਪੇ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ। ਜੇ ਤੁਸੀਂ ਦਿਮਾਗ ਨੂੰ ਠੀਕ ਰੱਖਣਾ ਚਾਹੁੰਦੇ ਹੋ ਅਤੇ ਚਾਹੁੰਦੇ ਹੋ ਬੁਢਾਪੇ ਵਿੱਚ ਤੁਹਾਡਾ ਦਿਮਾਗ ਠੀਕ ਢੰਗ ਨਾਲ ਕੰਮ ਕਰੇ, ਤਾਂ ਰੋਜ਼ਾਨਾ 8 ਤੋਂ 10 ਗਲਾਸ ਲਗਭਗ 2 ਲੀਟਰ ਪਾਣੀ ਜ਼ਰੂਰ ਪੀਓ, ਤਾਂ ਜੋ ਤੁਹਾਡਾ ਦਿਮਾਗ ਹਾਈਡਰੇਟ ਰਹੇ ਅਤੇ ਪਾਣੀ ਦੀ ਕਮੀ ਨਾਲ ਪੈਦਾ ਹੋਣ ਵਾਲੀਆਂ ਤਕਲੀਫਾਂ ਤੋਂ ਬਚਿਆ ਜਾ ਸਕੇ। ਵੀਡੀਓ ਚੰਗਾ ਲੱਗਿਆ ਹੋਵੇ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡਾ ਯੂਟਿਊਬ ਚੈਨਲ ਸਿਹਤ ਪੰਜਾਬ ਹੈਲਥ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ।